ਮਦਨ ਜੀ, ਸਾਡੀ ਮੁਲਾਕਾਤ 1.5 ਸਾਲ ਪਹਿਲਾਂ ਜਦੋਂ ਹੁੰਦੀ ਹੈ ਤਾਂ ਤੁਸੀਂ ਇਰਫਾਨ ਹੋਰਾਂ ਦਾ ਉਦੋਂ ਜ਼ਿਕਰ ਕਰਦੇ ਹੋ ਤੇ ਜੀ ਅਨੂਪ ਸਿੰਘ ਹੋਰਾਂ ਦੀ ਫਿਲਮ ਕਿੱਸਾ ਸੌਂਗ ਆਫ ਸਕਾਰਪੀਅਨਸ 'ਚ ਉਹਨਾਂ ਨੇ ਕੰਮ ਕੀਤਾ, ਤੁਸੀਂ ਉਹਨਾਂ ਨੂੰ ਕਿਵੇਂ ਯਾਦ ਕਰਦੇ ਹੋ? ਸੌਂਗ ਆਫ ਸਕਾਰਪੀਅਨ ਕਰਦੇ ਵਕਤ ਮੈਂ ਕੁਝ ਕੰਮ ਕੀਤਾ ਸੀ ਤੇ ਬਾਬਾ ਬੁੱਲੇ ਸ਼ਾਹ ਤੇ, ਜੀ ਤੇ ਸਾਡੀ ਔਰ ਮੈਂ ਇੱਕ ਉਹਦਾ ਸਕ੍ਰਿਪਟ ਤਿਆਰ ਕੀਤਾ ਹੋਇਆ ਸੀ ਔਰ ਇਰਫਾਨ ਦੀ ਬੜੀ ਮਤਲਬ ਇੱਛਾ ਸੀ ਕਿ ਉਹ ਬਾਬਾ ਬੁੱਲੇ ਸ਼ਾਹ ਦਾ ਰੋਲ ਕਰਨ, ਅੱਛਾ ਜਿਹਨੂੰ ਕਹਿ ਲਓ ਕਿ ਸਾਡਾ ਦੁਰਭਾਗ ਕਹਿ ਲਓ ਜੋ ਵੀ ਕਹਿ ਲਓ ਕਿ ਉਹ ਬੜੇ ਬਿਮਾਰ ਹੋ ਗਏ। ਸਾਨੂੰ ਇਹ ਤਕਰੀਬਨ ਪਤਾ ਸੀਗਾ ਕਿ 2 ਸਾਲ 2.5 ਸਾਲ 3 ਸਾਲ ਇਹ ਮੈਕਸੀਮਮ ਇੱਕ ਟਾਈਮ ਫਰੇਮ ਹੈ ਔਰ ਇਸੇ ਵਿੱਚ ਹੀ ਜੇ ਕੁਛ ਹੋਣਾ ਤਾਂ ਹੋ ਸਕਦਾ ਹੈ, ਲੇਕਿਨ ਉਹਨਾਂ ਦੀ ਤਬੀਅਤ ਬਹੁਤ ਖਰਾਬ ਸੀ, ਬਹੁਤ ਜ਼ਿਆਦਾ ਜੀ ਖਰਾਬ ਔਰ ਬਹੁਤ ਪੇਨ ਦੇ ਵਿੱਚ ਸੀਗੇ ਉਹ। ਅਖੀਰਲੀ ਫਿਲਮ ਜਿਹੜੀ ਸੀ ਕੀਤੀ 2016 'ਚ ਉਹ ਸੀਗੀ ਸੌਂਗ ਆਫ ਸਕੋਰਪੀਅਨ। ਅਨੂਪ ਦਾ ਇਹ ਮੰਨਣਾ ਸੀਗਾ ਕਿ ਫਿਲਮ ਦੀ ਪ੍ਰੋਮੋ ਜਿਹੜੀ ਹੈ ਉਹਦੇ ਲਈ ਗਾਣਾ ਤਿਆਰ ਕੀਤਾ ਜਾਏ ਜਿਹੜਾ ਕਿ ਇਰਫਾਨ ਦੀ ਆਵਾਜ਼ 'ਚ ਹੋਵੇ। ਉਹ ਮੈਂ ਕਹਾਂ ਕਿ ਅਨੂਪ ਭਾ ਇਹ ਇਰਫਾਨ ਗਾਣਾ ਗਾਏਗਾ ਕਿੱਦਾਂ? ਉਹਨੇ ਕਿਹਾ ਤੁਸੀਂ ਜ਼ਰਾ ਇੱਕ ਵਾਰੀ ਕੋਸ਼ਿਸ਼ ਕਰੋ, ਬੈਠ ਬੈਠੋ। ਐਕਚੁਅਲੀ ਇਰਫਾਨ ਉੱਥੇ ਹੀ ਸੀਗਾ ਅਤੇ ਉਹ ਥੋੜ੍ਹਾ ਦੂਰ ਖੜਾ ਦੇਖ ਰਿਹਾ ਸੀ ਕਿ ਮਦਨ ਹੈ ਉਹ ਗਾਣਾ ਗਵਾਉਣ ਲਈ ਰਾਜ਼ੀ ਨਹੀਂ ਹੈਗਾ। ਅੱਛਾ, ਇਰਫਾਨ ਗਾਣਾ ਗਾਉਣਾ ਚਾਹੁੰਦਾ ਸੀ ਤੇ ਮੈਂ ਕਿਹਾ ਆ ਜਾ ਭਾ ਦੇਖਦੇ ਹਾਂ ਕੀ ਬਣਦਾ ਹੈ, ਤੇ ਹਾਰਮੋਨੀਅਮ ਰੱਖਿਆ ਸੀ ਅਤੇ ਮੈਂ ਇਰਫਾਨ ਨੂੰ ਬਿਠਾ ਲਿਆ। ਫਿਰ ਮੈਂ ਗਾ ਕੇ ਕਿਹਾ ਕਿ ਬਈ ਇਹ ਬਣ ਗੱਲ ਬਣਦੀ ਹੈ। ਇੱਕ ਸਾਡਾ ਗਾਣਾ ਹੁੰਦਾ ਸੀ ਜਿਹੜਾ ਅਸੀਂ ਬਹੁਤ ਪਹਿਲਾਂ ਪੰਜਾਬੀ ਫਿਲਮ ਜਿਹੜੀ ਹੈ ਨਾ ਪੰਜਾਬੀ ਥੀਏਟਰ ਅਸੀਂ ਐਮ ਕੇ ਰਾਣਾ ਨੇ ਕੀਤਾ ਸੀਗਾ ਚੰਡੀਗੜ੍ਹ ਤੋਂ। ਅੱਛਾ ਜੀ। ਉਹਦਾ ਨਾਂ ਸੀ ਪਰਾਈ ਕੁੱਖ, ਅਤੇ ਪਰਾਈ ਕੁੱਖ ਦੇ ਵਿੱਚ ਗਾਣਾ ਸੀ ਜਿਹੜਾ ਫੁੱਟ ਹਿਲਸ ਦਾ ਫੋਕ ਹੈਗਾ ਵਿੱਚ ਰਹਿਮਤ ਦੀ ਛਾਂ ਦੇ ਓਲੇ ਇਸ਼ਕ ਵਸੇਂਦਾ ਆਸ਼ਿਕ ਹਰ ਹਰ ਥਾਂ ਵੇ ਮੌਲਾ ਆਸ਼ਿਕ ਹਰ ਹਰ ਥਾਂ ਉੱਚੀਆਂ ਲੰਮੀਆਂ ਟਾਹਲੀਆਂ ਵੇ ਬੇਲੀਆਂ ਬੇਲੀਆਂ ਪਿੱਛੇ ਵੇ ਬਗੈ ਦਰਿਆ ਮੈਂ ਦਰਿਆ ਦੇ ਕੱਪੜੇ ਪਈ ਧੋਵਾਂ ਕਿਸੇ ਬਹਾਨੇ ਮਿਲ ਜਾ। ਉਹਨੂੰ ਬੜਾ ਪਸੰਦ ਸੀ, ਉਹ ਕਹਿੰਦਾ ਮਦਨ ਜੀ ਕੁਛ ਇਸ ਕਿਸਮ ਦਾ ਗਾਣਾ ਕਰੋ। ਕਿੱਥੇ ਬੈਠੇ ਉੱਥੇ ਇੱਕ ਜਿਹੜੀ ਧੁਨ ਜੀ ਛੋਟੀ ਜੀ ਬਣਾਈ ਤੇ ਮੈਂ ਕਿਹਾ ਆ ਜਾਓ ਬਹਿ ਜਾਓ। ਉਹਨਾਂ ਨੂੰ ਮੈਂ ਸੁਣਾਇਆ, ਮੈਂ ਕਿਹਾ ਹੁਣ ਗਾਓ। ਉਹਨਾਂ ਨੇ ਗਾਇਆ ਤੇ ਮੈਂ ਜਿਹਨੂੰ ਕਹਿੰਦੇ ਨਾ ਮਾਈ ਜੋ ਡ੍ਰੌਪ। ਅੱਛਾ ਜੀ। ਬਹੁਤ ਮਤਲਬ ਮੁਸ਼ਕਲ ਹੋ ਗਈ ਕੰਮ। ਉਹ ਕਹਿੰਦਾ ਮਦਨ ਜੀ ਪਲੀਜ਼ 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 ਤੁਸੀਂ ਮੈਨੂੰ ਇੱਕ ਮੌਕਾ ਹੋਰ ਦਿਓ। ਉਹਨੇ ਜੇ ਦੂਸਰੀ ਵਾਰੀ ਗਾਣਾ ਗਾਇਆ ਤੇ ਮੈਂ ਤੁਹਾਨੂੰ ਕੀ ਦੱਸਾਂ, ਮੈਨੂੰ ਯਕੀਨ ਹੀ ਨਹੀਂ ਹੋਇਆ। ਉਹਨੇ ਤਾਂ ਕਮਾਲ ਹੀ ਕਰਤੀ ਫਿਲਮ ਜੋ ਰਿਲੀਜ਼ ਦੇ ਨਜ਼ਦੀਕ ਪਹੁੰਚੀ ਤੇ ਉਦੋਂ ਜਦੋਂ ਤੁਸੀਂ ਕਰਨਾ ਸੀ ਗਾਣਾ ਰਿਕਾਰਡ ਕਰਨਾ ਸੀ ਬਿਮਾਰ ਪੈ ਗਏ, ਗਾਣਾ ਰਿਕਾਰਡ ਨਹੀਂ ਹੋ ਸਕਿਆ। ਲੇਕਿਨ ਮੈਂ ਤੁਹਾਨੂੰ ਇਹ ਮਤਲਬ ਬਿਆਨ ਨਹੀਂ ਕਰ ਸਕਦਾ ਕਿ ਉਹਨੇ ਕਿੰਨਾ ਖੂਬਸੂਰਤ ਗਾਇਆ ਸੀ। ਅਦਰਵਾਈਜ਼ ਇਰਫਾਨ ਨੂੰ ਪੰਜਾਬੀ ਗੀਤਾਂ ਜਾਂ ਪੰਜਾਬੀਅਤ, ਕਿਉਂਕਿ ਤੁਹਾਡਾ ਮਿਲਣਾ ਉਹਨਾਂ ਨਾਲ ਰਾਜਸਥਾਨੀ ਤੇ ਪੰਜਾਬੀ ਜਦੋਂ ਇਕੱਠੇ ਹੁੰਦੇ ਸੀ ਉਧਰੋਂ ਅਨੂਪ ਇਕੱਠੇ ਹੋ ਜਾਣਾ, ਇੱਦਾਂ ਹੈ ਕਿ ਜਦੋਂ ਅਸੀਂ ਜਾਣਾ ਹੈ ਨਾ ਬੰਬਈ ਤੇ ਇੱਕ ਉਹਨੇ ਆਪਣੇ ਘਰ ਜਿਹੜੀ ਵੱਡੀ ਪਾਰਟੀ ਰੱਖਣੀ। ਅੱਛਾ। ਉਸ ਪਾਰਟੀ ਦੇ ਵਿੱਚ ਹੁੰਦਾ ਕੀ ਸੀ ਕਿ ਮਦਨ ਗੋਪਾਲ ਸਿੰਘ ਆ ਕੇ ਪੰਜਾਬੀ ਗਾਣੇ ਗਾਇਆ। ਇਰਫਾਨ ਦੇ ਬੇਟੇ ਉਹਨਾਂ 'ਚ ਇੱਕ ਬੰਦਾ ਮਿਊਜ਼ਿਕ 'ਚ ਬਹੁਤ ਗਜ਼ਬ ਦਾ ਇੰਟਰਸਟਿਡ ਹੈ, ਮਤਲਬ ਉਹ ਕਮਾਲ ਹੈ। ਹਾਂ, ਦੂਜਾ ਮੁੰਡਾ ਜਿਹੜਾ ਫੁੱਟਬਾਲ ਦੀ ਬੜੀ ਵੱਡੀ ਲੀਗ 'ਚ ਖੇਡ ਕੇ ਆਇਆ ਯੂਰਪ। ਹਾਂ, ਔਰ ਇਹਨਾਂ ਦੀ ਵਾਈਫ ਜਿਹੜੀ ਹੈ ਸ਼ੁਤਪਾ, ਉਹ ਆਪ ਰਾਈਟਰ ਵੀ ਹੈ ਔਰ ਐਕਟਰਸ ਵੀ ਹੈ। ਮੈਨੂੰ ਕਦੀ ਕਈ ਵਾਰੀ ਲੱਗਣਾ ਕਿ ਅੱਛਾ ਯਾਰ ਇਹ ਬੰਦਾ ਰਾਜਸਥਾਨ ਦਾ ਹੈ ਤੇ ਉਹ ਕੋਟੀ ਦੀ ਜਿਹੜੀ ਬੰਗਾਲਣ ਹੈ
ਤੇ ਇਹ ਸਾਰਾ ਇੰਨੀ ਜਿਹੜੀ ਇੱਥੇ ਬਰਾਤ ਇਕੱਠੀ ਕੀਤੀ ਹੈ ਸਾਰੀ ਦੀ ਸਾਰੀ ਜਿਹੜੀ ਹੈ, ਤੇ ਅਸੀਂ ਗਾਣੇ ਗਾਣੇ ਔਰ ਇਹਨੂੰ ਇਹਨੂੰ ਪੰਜਾਬੀ ਸੂਫੀ ਗਾਇਕੀ ਦਾ ਬਹੁਤ ਹੀ ਸ਼ੌਕ ਸੀ। ਇਸੇ ਕਰਕੇ ਇਹ ਬਾਬਾ ਬੁੱਲੇ ਸ਼ਾਹ ਦੀ ਫਿਲਮ ਇੱਕ ਕਰਨਾ ਚਾਹੁੰਦਾ ਸੀ। ਇਹਨੇ ਕਿਹਾ ਸੀਗਾ ਕਿ ਬਾਬਾ ਬੁੱਲੇ ਸ਼ਾਹ ਦੀ ਫਿਲਮ ਮੈਂ ਫਾਈਨੈਂਸ ਕਰਾਂਗਾ। ਓ ਇਸ ਲੈਵਲ ਦਾ ਉਹਦਾ ਸ਼ੌਕ ਸੀਗਾ। ਐਕਟਿੰਗ ਦੀ ਜਿਹੜੀ ਸੀ ਨਾ ਉਹ ਸੀਮਲੈਸ ਸੀ। ਤੁਹਾਨੂੰ ਨਾ ਇੱਦਾਂ ਇੱਕ ਡਬਲਿਊ ਬੀ ਏ 'ਚ ਗੱਲ ਕਹਿੰਦਾ ਹੈ ਕਿ ਜਿਹੜਾ ਕੱਪੜਾ ਸੀਂਦਾ ਹੈ ਨਾ, ਜਿਹੜਾ ਕੀ ਕਹਿੰਦੇ ਨੇ ਦਰਜ਼ੀ, ਦਰਜ਼ੀ ਉਹਦੇ ਸੀਨ ਨਜ਼ਰ ਨਹੀਂ ਆਉਣੀ ਚਾਹੀਦੀ, ਉਹਦਾ ਆਰਟ। ਮੇਰਾ ਖਿਆਲ ਹੈ ਕਿ ਉਹਦਾ ਇੰਨਾ ਵੱਡਾ ਇੰਟਰਨੈਸ਼ਨਲ ਜਿਹੜਾ ਪ੍ਰੈਜੈਂਸ ਹੋਈ ਹੈ ਉਹਦੀ ਇੱਕ ਵਜ੍ਹਾ ਇਹ ਹੈ, ਉਹਦੀ ਇੱਕ ਵਜ੍ਹਾ ਇਹ ਵੀ ਹੈ ਕਿ ਪੜ੍ਹਿਆ ਲਿਖਿਆ ਬਹੁਤ ਸੀ। ਇਹਦੇ ਵਿੱਚ ਜਿਹੜੀ ਇੰਟੈਂਸਿਟੀ ਜਿਹੜੀ ਸੀ ਨਾ ਉਹ ਅੰਦਰ ਦੀ ਅੰਦਰ ਚੱਲਦੀ ਸੀ। ਉਹ ਜਿਹੜਾ ਸਾਡੇ ਹੈਗਾ ਨਾ ਇੱਕ ਆਪਣੇ ਮਜ਼ਹਬ ਤੇ ਮਰਜ਼ੀ ਦਾ ਅੰਦਰੋਂ ਅੰਦਰ ਹੀ ਵਗਦਾ ਪਾਣੀ ਦਰਦ ਹਯਾਤੀ ਦਾ, ਦਰਦ ਹਯਾਤੀ ਦਾ, ਇਹ ਉਸ ਕਿਸਮ ਦਾ ਮਤਲਬ ਐਕਟਰ ਸੀ। ਠੰਡੀਆਂ ਰਾਤਾਂ ਚੰਨ ਪਿਆ ਚੜ੍ਹਦਾ ਤੇ ਆਸ਼ਿਕ ਦੋਏ ਜਹਾਂ ਵੇ ਮੌਲਾ, ਆਸ਼ਿਕ ਦੋਏ ਜਹਾਂ।